ਅਸਲਾਮੁਅਲੈਕੁਮ, ਵੈਲਕਮ ਟੂ ਨਿਊ ਵਿਲੌਗ ਵਿਊਵਰਸ। ਅੱਜ ਨਾ ਮੈਂ ਤੁਹਾਡੇ ਵਾਸਤੇ ਇੱਕ ਡਿਫਰੈਂਟ ਵੀਡੀਓ ਲੈ ਕੇ ਆਇਆ ਵਾਂ, ਔਰ ਨਾ ਤੁਹਾਨੂੰ ਚੈੱਕ ਵੀ ਕਰਾਉਣਾ ਅਤੇ ਦਿਖਾਉਣਾ ਵੀ ਆ। ਅੱਜ ਨਾ ਅਸੀਂ ਇੱਕ ਵੀਡੀਓ ਬਣਾਉਣੀ ਆ ਟਰੈਕਟਰ ਵਾਲੇ ਰਾਣਾ ਸਾਹਿਬ ਦੀ, ਅਤੇ ਦੇਖਦੇ ਹਾਂ ਰਾਣਾ ਸਾਹਿਬ ਜਿਹੜੇ ਆ ਨਾ। ਲਓ ਜੀ ਵਿਊਵਰਸ, ਅਸੀਂ ਅੱਜ ਚੜ੍ਹ ਗਏ ਹਾਂ ਟਰੈਕਟਰ ਦੇ ਉੱਤੇ, ਅਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਸੀ ਮਾਹੌਲ ਕਿਸ ਤਰ੍ਹਾਂ ਖੇਤਾਂ ਨੂੰ ਪਹਿਲੇ ਹੱਥ ਮਾਰਦੇ ਆ, ਉਦੋਂ ਨਰਮ ਕਰਦੇ ਆ, ਨਰਮ ਕਰਨ ਤੋਂ ਬਾਅਦ ਬੀਜ ਜਿਹੜਾ ਲਾਉਂਦੇ ਆ, ਉਸ ਤੋਂ ਬਾਅਦ ਫਿਰ ਉਹਨੂੰ ਜਨਾਬ ਮਿਹਨਤ ਕਰਦੇ ਆ, ਪਾਣੀ ਲਾਉਂਦੇ ਆ, ਫਿਰ ਜਾ ਕੇ ਇਕੱਠੇ ਹੁੰਦੇ ਆ। ਆਹ ਤੁਸੀਂ ਚੈੱਕ ਕਰ ਸਕਦੇ ਹੋ ਜਨਾਬ, ਟਰੈਕਟਰ ਚੱਲ ਰਿਹਾ ਵਾ, ਟਰੈਕਟਰ ਦੇ ਉੱਤੇ ਬੈਠੇ ਹੋਏ ਹਾਂ। ਆਹ ਤੂੜੀ ਆ ਜਿਹੜੀ ਕਿ ਅੱਜ ਤੋਂ 15-20 ਦਿਨ ਪਹਿਲੇ ਨਿਕਲੀ ਆ ਦਾਣਿਆਂ ਦੇ ਵਿੱਚੋਂ, ਅਤੇ ਆਹ ਤੁਹਾਡੇ ਸਾਹਮਣੇ ਹੱਲ ਜਿਹੜੀ ਆ ਚੱਲਣ ਲਈ ਆ। ਟਰੈਕਟਰ ਦੇ ਉੱਪਰ ਤਾਂ ਆਪਣਾ ਹੀ ਨਜ਼ਾਰਾ ਵਾ, ਬੜੇ ਬੜੇ ਝੂਲੇ ਲਏ ਆ, ਪਰ ਟਰੈਕਟਰ ਦੇ ਉੱਤੇ ਝੂਲਾ ਬੜਾ ਹੀ ਮਜ਼ਾ ਆਉਂਦਾ ਵਾ। ਤੁਸੀਂ ਵੀ ਜਨਾਬ ਜ਼ਰੂਰ ਟਰਾਈ ਕਰੋ, ਟਰੈਕਟਰ ਦੇ ਵੀਡੀਓ ਬਣਾਇਆ ਕਰੋ, ਟਰੈਕਟਰ ਦੀ ਵੀਡੀਓ ਬਹੁਤ ਅੱਛੀ ਬਣੇਗੀ, ਔਰ ਝੂਲੇ ਲੈਣ ਦਾ ਤਾਂ ਫਿਰ ਮਜ਼ਾ ਆਉਂਦਾ। ਬਾਕੀ ਰਾਣਾ ਸਾਹਿਬ ਬਹਿ ਗਏ ਸੀ ਟਰੈਕਟਰ ਵਾਲੇ, ਉਹ ਕਹਿੰਦੇ ਮੈਂ ਵੀ ਮਤਲਬ ਵੀਡੀਓ 'ਚ ਆਉਣਾ, ਅਤੇ ਮੈਂ ਕਿਹਾ ਕੋਈ ਮਸਲਾ ਨਹੀਂ, ਮੈਂ ਤੁਹਾਨੂੰ ਬਣਾ ਲਵਾਂਗੇ। ਉਹ ਕਹਿੰਦੇ ਮੈਨੂੰ ਸ਼ਰਮ ਆ ਗਈ ਹੈ, ਅਤੇ ਇਸ ਵੀ ਫਿਰ ਉਹਨਾਂ ਦੀ ਮੈਂ ਨਹੀਂ ਬਣਾ ਰਿਹਾ, ਅਤੇ ਉਹਨਾਂ ਦੇ ਉਹ ਬਣਾ ਵੀ ਕਰਦੇ ਸੀ, ਅਗਰ ਉਹਨਾਂ ਕਹਿੰਦੇ ਮੈਂ ਤੁਹਾਨੂੰ ਦੇਖੋ ਕਹਿੰਦੇ ਫਿਰ ਨਹੀਂ। ਅਤੇ ਬਾਕੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਟਰੈਕਟਰ ਵਾਲੀ ਵੀਡੀਓ ਕਿੱਦਾਂ ਦੀ ਲੱਗਦੀ ਹੈ, ਕੈਸੀ ਲੱਗਦੀ ਲੱਗਦੀ ਹੈ। ਆਹ ਵੇਖੋ ਜਨਾਬ, ਇਹ ਹੱਲ ਵਾ ਪਿੱਛੇ, ਇਹ ਹਲਾਉਂਦੀ ਜਨਾਬ। ਇਸ ਤੋਂ ਬਾਅਦ ਫਿਰ ਇਹਨੂੰ ਨਾ ਪੱਧਰਾ ਵੀ ਕਰਨਾ, ਇਹਦੇ ਉੱਤੇ ਫਿਰ ਨਾ ਸੁਹਾਗਾ ਮਾਰਨਾ ਵਾ। ਪਹਿਲੇ ਹੱਲ ਮਾਰੀ ਜਾ ਰਹੀ ਹੈ, ਪੱਧਰਾ ਕਰ ਰਹੇ ਆ, ਹੱਲ ਮਾਰ ਕੇ ਇੱਕੋ ਜਿਹਾ। ਬੜਾ ਮਿਹਨਤ ਦਾ ਕੰਮ ਆ, ਅਸੀਂ ਜਨਾਬ ਘਰ ਬੈਠੇ ਸਾਨੂੰ ਅਰਚਾ ਲੱਭ ਜਾਂਦੀ ਹੈ, ਮਗਰ ਇਹ ਕਿ ਪਹਿਲੇ ਇਹਨੂੰ ਬੜਾ ਮਿਹਨਤ ਕੀਤੀ ਜਾਂਦੀ ਆ, ਪਾਣੀ ਛਾਣੀ ਲਾਇਆ ਜਾਂਦਾ, ਬੀਜ ਉਗਾਇਆ ਜਾਂਦਾ, ਫਿਰ ਜਾ ਕੇ ਪੱਠੇ ਹੁੰਦੇ ਆ। ਅਤੇ ਤੁਸੀਂ ਵੇਖੋ ਇਹ ਦਿਨ ਰਾਤ ਇੱਕ ਕਰਕੇ ਸਾਡੇ ਕੋਲ ਜਨਾਬ ਚੀਜ਼ਾਂ ਪਹੁੰਚਦੀਆਂ, ਬੜੀ ਆਸਾਨੀ ਨਾਲ ਸਾਨੂੰ ਮਿਲ ਜਾਂਦੀਆਂ। ਅਤੇ ਮਗਰ ਤੁਸੀਂ ਆਓ ਦੇਸੀ ਮਾਹੌਲ 'ਚ, ਫਿਰ ਹੀ ਤੁਹਾਨੂੰ ਪਤਾ ਲੱਗੇ ਕਿੰਨੀ ਮਿਹਨਤ ਆ, ਟਰੈਕਟਰ ਦੀ ਬਹੁਤ ਮਿਹਨਤ ਆ। ਬਾਕੀ ਰਾਣਾ ਸਾਹਿਬ ਜੀ ਨੂੰ ਪਤਾ ਜਿਹੜੇ ਦਿਨ ਰਾਤ ਮਿਹਨਤ ਕਰਦੇ ਆ ਆਪਣੇ ਜਾਨਵਰਾਂ ਵਾਸਤੇ, ਪੱਠੇ ਲਾਉਣ ਵਾਸਤੇ, ਇਹਨਾਂ ਦੀ ਮਾਤਾ ਇਹਨਾਂ ਨੂੰ ਸਲਾਮ। ਅਤੇ ਰਾਣਾ ਸਾਹਿਬ ਬਹੁਤ ਅੱਛੇ ਬੰਦੇ ਆ ਜਨਾਬ, ਬਾਕੀ ਉਹਨਾਂ ਨੇ ਕੈਮਰੇ 'ਚ ਨਹੀਂ ਸੀ ਆਉਣਾ, ਉਹ ਉਹਨਾਂ ਦੀ ਮਰਜ਼ੀ ਆ, ਫਿਰ ਕਿਸੇ ਦਿਨ ਤੁਹਾਨੂੰ ਮਿਲਾਵਾਂਗੇ ਇਹਨਾਂ ਨਾਲ। ਬਾਕੀ ਤੁਸੀਂ ਦੇਖੀ ਜਾਓ ਕੀ ਹੋ ਰਿਹਾ, ਹੱਲ ਕਿੱਦਾਂ ਵੱਜਦੀ ਆ, ਦੇਖੋ ਮੈਂ ਪਿੱਛੇ ਹੱਲ ਵੱਜਣ ਦੀ ਆ। ਲਓ ਜੀ ਟਰੈਕਟਰ 'ਤੇ ਝੂਟੇ ਲੈਣਾ ਅਤੇ ਉਹਦੇ 'ਤੇ ਹਾਥੀ 'ਤੇ ਲੈਣਾ, ਇੱਕੋ ਬਰਾਬਰ ਆ, ਜੰਪ ਦੋਵਾਂ 'ਤੇ ਲੱਗ ਜਾਓ। ਆਹ ਦੇਖੋ ਜਾ ਦੋ ਹੈ ਨਾ, ਦੋ ਕਨਾ ਹਲਾ ਨਾ ਖਾਣ ਦਾ। ਅੱਛਾ ਕੀ ਲਾ ਰਹੇ ਹੋ ਰਾਣਾ ਸਾਹਿਬ? ਮਕਈ, ਮਕਈ ਲਾਗ ਰਹੀ ਹੈ ਜੀ, ਪੱਠੇ ਮਤਲਬ ਕਿ ਜਾਨਵਰਾਂ ਵਾਸਤੇ ਨਾ ਪੱਠੇ ਲਾ ਰਹੇ ਆ। ਹਾਂਜੀ ਵਿਊਵਰਸ, ਜਿਸ ਤਰ੍ਹਾਂ ਕਿ ਤੁਹਾਨੂੰ ਦਿਖਾਇਆ ਵਾ ਕਿ ਕਿਸ ਤਰ੍ਹਾਂ ਪੱਠਿਆਂ ਦੀ ਤਿਆਰੀ ਹੁੰਦੀ ਆ, ਅਤੇ ਟਰੈਕਟਰ ਜਿਹੜਾ ਇਸ ਟਾਈਮ ਹੁਣ ਰੋਕ ਦਿੱਤਾ ਗਿਆ ਵਾ, ਅਤੇ ਨਾ ਰੋਕ ਕੇ ਉਹ ਪਿੱਛੇ ਨਾ ਹਲਾਂ ਦੇ ਵਿੱਚ ਘਾਹ ਵਗੈਰਾ ਫਸ ਗਿਆ ਸੀ, ਉਹ ਕੱਢਿਆ ਵਾ, ਅਤੇ ਕੱਢਣ ਤੋਂ ਬਾਅਦ ਫਿਰ ਦੁਬਾਰਾ ਸ਼ੁਰੂ ਕਰਨਾ ਵਾ, ਅਤੇ ਉਹ ਉੱਨੀ ਦੇਰ ਤੱਕ ਰਹਿ। ਲਓ ਜੀ ਵਿਊਵਰਸ, ਹੁਣ ਤੁਸੀਂ ਵੇਖੋ ਕਿ ਟਰੈਕਟਰ ਜਾ ਰਿਹਾ ਵਾ,
ਕਿਸ ਤਰ੍ਹਾਂ ਹੱਲ ਵੱਜਣ ਦੇ ਆ ਅਤੇ ਕਿੰਨੀ ਮਿਹਨਤ ਕਰ ਰਹੇ ਜਨਾਬ ਬੰਦੇ ਜਾਨਵਰਾਂ ਵਾਸਤੇ ਪੱਠੇ ਲਾ ਰਹੇ ਆ। ਬਾਕੀ ਠੀਕ ਹੋ ਗਿਆ ਵੀਵਰ, ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਵਿੱਚ। ਇਸ ਦੇ ਨਾਲ ਹੀ ਤੁਹਾਡੇ ਕੋਲ ਇਜਾਜ਼ਤ ਲਵਾਂਗੇ। ਅੱਲਾ ਹਾਫਿਜ਼।